ਜਾਣਕਾਰੀ ਸਾਨੂੰ ਫੋਨ ਰਾਹੀਂ ਵੀ ਸੰਦੇਸ਼ਾ ਮਿਲਿਆ ਸੀ ਪਹਿਲਾਂ, ਬਾਅਦ ਵਿੱਚ ਅਸੀਂ ਆਪ ਉਹਨਾਂ ਨੂੰ ਫੋਨ ਫਾਨ ਕਰਨੇ ਸ਼ੁਰੂ ਕੀਤੇ, ਫਿਰ ਉਹਨਾਂ ਸਾਨੂੰ ਦੱਸਿਆ ਵੀ ਇੱਦਾਂ ਵੀ 5 ਜਵਾਨ ਸ਼ਹੀਦ ਹੋ ਗਏ ਆ, ਫਿਰ ਡੈਡ ਬੋਡੀ ਲੈ ਕੇ ਆਏ ਫਿਰ ਘਰ। ਬੱਚੇ ਬੱਚੇ ਛੋਟੇ ਸੀ ਉਦੋਂ, ਪਰ ਉਹ ਜਿਹੜੇ ਜੀਵਨ ਉਹ ਵੀ ਬਹੁਤ ਮਾੜਾ ਸੀ ਉਹ ਵਕਤ, ਹਾਲਤ ਮਾੜੀਆਂ ਸੀ, ਜਿਉਂ ਜਿਉਂ ਬੱਚੇ ਸਿਆਣੇ ਹੋਏ ਥੋੜ੍ਹੇ ਹਾਲਤ ਸੁਧਰੇ ਥੋੜ੍ਹੇ। ਸਰਕਾਰ ਦਾ ਸਾਡੇ ਨਾਲ ਵਧੀਆ ਰਿਹਾ, ਜੋ ਵੀ ਉਹਨਾਂ ਨੂੰ ਕਿਹਾ ਸਾਨੂੰ ਉਹਨਾਂ ਨੇ ਕੀਤਾ, ਜੋ ਉਹਨਾਂ ਦਾ ਬਣਦਾ ਸਾਡਾ ਬਣਦਾ, ਇਹ ਹੱਕ ਉਹਨਾਂ ਨੇ ਸਾਨੂੰ ਦਿੱਤੇ ਉਦੋਂ ਉਹ ਵਕਤ। ਹਾਂਜੀ ਸਾਰੀਆਂ ਮਿਲੀਆਂ ਜੀ, ਮਾਪਿਆਂ ਨੂੰ ਵੀ ਮਿਲੀਆਂ, ਜੋ ਉਹਨਾਂ ਦਾ ਬਣਦਾ ਸੀ ਜੋ ਸਾਡਾ ਬਣਦਾ ਉਹ ਸਾਨੂੰ ਦਿੱਤਾ। ਹਾਂਜੀ ਉਹਨਾਂ ਦੀ ਜੋ ਡੈਥ ਹੋਣ ਤੋਂ ਬਾਅਦ ਸਾਨੂੰ ਬਾਅਦ 'ਚ ਜੋਬ ਮਿਲੀ, ਉਸ ਤੋਂ ਬਾਅਦ ਮੈਂ ਪਹਿਲਾਂ ਬਾਬਕਾਲ ਸਾਹਿਬ ਸੀ ਤਹਿਸੀਲ, ਅਤੇ ਹੁਣ ਮੈਂ ਇਹ ਵਕਤ ਅੰਮ੍ਰਿਤਸਰ ਹਾਂ, ਉੱਥੇ ਡਿਊਟੀ ਰੈਵਨਿਊ 'ਚ ਜੀ, ਮਾਲ ਭਾਗ 'ਚ ਜੀ, ਇਹ ਵਕਤ ਮੈਂ ਸੁਪਰਡੈਂਟ ਹਾਂ ਜੀ ਉੱਥੇ। ਹਾਂਜੀ ਉੱਥੇ ਇੱਕ ਯਾਦਗਾਰ ਉਹਨਾਂ ਦਾ ਬੁੱਤ ਬਣਾਇਆ ਵਾ, ਔਰ ਸਾਫ਼ ਸਫਾਈ ਵੀ ਉੱਥੇ ਵਧੀਆ ਹੋ ਰਹੀ ਹੈ, ਆਪ ਵੀ ਮਹੀਨੇ ਬਾਅਦ ਜਾਈਦਾ ਉੱਥੇ, ਜਾ ਕੇ ਚੈੱਕ ਕਰੀਦਾ ਵਾ, ਸਫਾਈ ਸਫੂਈ ਕਰਵਾਈ ਦੀ ਹੈ। ਹਾਂਜੀ ਇੱਕ ਸਕੂਲ ਬਣਾਇਆ ਉਹਨਾਂ ਦੇ ਨਾਂ ਦਾ, ਉਹ ਵੀ ਵਧੀਆ ਵਾ ਬਣਿਆ, ਹੁਣ ਬੱਚੇ ਉੱਥੇ ਪੜ੍ਹਾਈ ਵੀ ਕਰ ਰਹੇ ਆ, ਚੱਲਦਾ ਪਿਆ, 12ਵੀਂ+2 ਤੱਕ ਬਣਿਆ ਉੱਥੇ ਸਕੂਲ। ਹਾਂਜੀ ਉਹ ਅਸੀਂ ਹਰ ਸਾਲ ਮਨਾਉਂਦੇ ਉੱਥੇ ਬਰਸੀ ਉਹਨਾਂ ਦੀ, ਸੁਖਮਨੀ ਸਾਹਿਬ ਦਾ ਪਾਠ ਕਰਾਈਦਾ, ਕੀਰਤਨ ਹੁੰਦਾ ਵਾ, ਮਤਲਬ ਕਾਫੀ ਉੱਥੇ ਸੰਗਤਾਂ ਆਉਂਦੀਆਂ ਵਾ, ਲੰਗਰ ਪਾਣੀ ਚੱਲਦਾ ਵਾ। ਮੰਗ ਤਾਂ ਅਸੀਂ ਕਰੇ, ਨੌਜਵਾਨ ਪੀੜ੍ਹੀ ਜਿਹੜੀ ਉਹ ਪੜ੍ਹ ਲਿਖ ਕੇ ਆਪਣੇ ਉਹ ਵੀ ਚੰਗੀ ਜੋਬ 'ਤੇ ਕਰਨ, ਆਪਣੇ ਦੇਸ਼ ਸੇਵਾ ਦੀ ਕਰਨ ਜੀ। ਨਹੀਂ ਜੀ ਹਾਂਜੀ ਉਹ ਹੈਗੀ ਸਾਡੀ ਇੱਕ ਮੰਗ ਵੀ ਗੇਟ ਉੱਥੇ ਬਣਿਆ ਜਾਵੇ, ਮੇਨ ਅੰਦਰ ਵੜਦਿਆਂ ਮੈਂਟਰ ਪਿੰਡ ਦੇ ਵਿੱਚ 12 ਵਜੇ ਰੋਡ 'ਤੇ ਯਾਦਗਾਰ ਦਾਜੀ ਬਣ ਜੇ ਉੱਥੇ। ਹੋਰ ਨਹੀਂ ਜੀ ਚਿੱਠੀਆਂ ਨਹੀਂ ਪਾਈਆਂ ਉੱਦਾਂ, ਪਹਿਲਾਂ ਜ਼ਬਾਨੀ ਗੱਲ ਹੋਈ, ਹੁਣ ਆਪਾਂ ਅੱਗੇ ਲਿਖ ਕੇ ਵੀ ਭੇਜਿਆ ਇੱਕ ਵਾਰ ਜਦੋਂ ਆਰਮੀ ਵਾਲੇ ਆਏ ਸੀ, ਉਹਨਾਂ ਨੂੰ ਦੱਸਿਆ ਸੀ ਆਪਾਂ, ਅਤੇ ਹੁਣ ਅਸੀਂ ਚਾਹੁੰਦੇ ਆਪ ਲੈਟਰ ਲੁਟਰ ਪਾਉਣੇ, ਪਿੱਛੇ ਲੈਟਰ ਪਾਈਏ। ਮੈਂ ਨਰਵੈਰ ਸਿੰਘ, ਚੇਅਰਮੈਨ ਪਿੰਡ ਪਲਾਈਪੁਰ ਡੋਗਰਾ, ਜੋ ਸਾਡੇ ਸਰਦਾਰ ਲਖਵਿੰਦਰ ਸਿੰਘ ਜੀ ਕਾਰਗਿਲ ਵਿੱਚ ਸ਼ਹੀਦ ਹੋਏ ਸੀ, ਉਹਨਾਂ ਦੇ ਅਸੀਂ ਸਮਾਧ 'ਤੇ ਆਣ ਕੇ ਅੱਜ ਸਾਫ਼ ਸਫਾਈ ਕਰਕੇ, ਜੋ ਕਿ 26 ਜੁਲਾਈ ਨੂੰ ਕਾਰਗਿਲ ਦਾ ਦਿਵਸ ਆ ਰਿਹਾ, ਅਤੇ ਉਹਦੇ ਸੰਬੰਧ 'ਚ ਅਸੀਂ ਆਣ ਕੇ ਇੱਥੇ ਸਫਾਈ ਕੀਤੀ, ਅਤੇ ਨਾਲ ਹੀ ਸਰਦਾਰ ਲਖਵਿੰਦਰ ਸਿੰਘ ਦੇ ਨਾਂ 'ਤੇ ਅਸੀਂ ਪਿੰਡ ਦਾ ਸਕੂਲ, ਹਾਈ ਸਕੂਲ ਦਾ ਨਾਂ ਸਰਦਾਰ ਲਖਵਿੰਦਰ ਸਿੰਘ ਕਾਰਗਿਲ ਸ਼ਹੀਦ ਵੀ ਰੱਖਿਆ। ਜਿਵੇਂ ਸਾਹਿਬ ਉੱਦਾਂ ਆਪਣੇ ਤੌਰ ਦੇ ਉੱਤੇ ਇੱਕ ਸ਼ਹੀਦ ਦਾ ਨਾਮ ਜਿਹੜਾ ਹੈਗਾ ਉਹ ਪਿੰਡ ਦੇ ਨਾਲ ਜੁੜਿਆ ਹੋਇਆ, ਕਿਵੇਂ ਦੇਖਦੇ? ਬਹੁਤ ਵਧੀਆ ਜੀ, ਸ਼ਹੀਦ ਦਾ ਸਾਡੇ ਪਿੰਡ ਦਾ ਜੋ ਮਾਣ ਸਨਮਾਨ ਇਹ ਸ਼ਹੀਦ ਦੇ ਸਿਰ ਤੋਂ ਹੋਇਆ ਸਾਰਾ,
ਇਸ ਦੀ ਸਮਾਧ ਬਣਾਈ ਸਾਰਾ ਪਿੰਡ ਨੇ ਰਲ ਕੇ, ਇਹ ਥਾਂ ਛੱਡ ਕੇ ਸਾਰਾ ਮੈਂ ਸਾਰਾ ਕੀਤਾ। ਠੀਕ ਹੈ, ਕੋਈ ਨੌਜਵਾਨਾਂ ਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ, ਕਿਉਂਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ ਔਰ ਇੱਕ ਆਈਡਲ ਹੁੰਦੇ ਆ, ਇੱਕ ਹੀਰੋ ਹੁੰਦੇ ਆ ਸਾਡੇ ਸਮਾਜ ਵਾਸਤੇ। ਸਾਡੇ ਸਕੂਲ ਦੇ ਜਿੰਨੇ ਵੀ ਬੱਚੇ ਇੱਧਰ ਦੀ ਲੰਘਦੇ ਆ ਨਾ, ਉਹਨਾਂ ਸਵੇਰੇ ਇੱਥੇ ਪਹਿਲਾਂ ਮੱਥਾ ਟੇਕ ਕੇ ਫਿਰ ਆਪਣੇ ਸਕੂਲ ਜਾਂਦੇ ਆ। ਹਾਂਜੀ, ਕੀ ਕਹਿਣਾ ਚਾਹੋਗੇ ਅੱਗੇ ਫੌਜ ਦੇ ਵਿੱਚ ਜਿਹੜਾ ਹੈਗਾ ਵਾ ਨੌਜਵਾਨਾਂ ਨੂੰ ਕੁਛ ਜਾਣ ਬਾਰੇ ਕਹੋ, ਦੇਸ਼ ਸੇਵਾ ਪ੍ਰਤੀ ਕਿਵੇਂ ਸੋਚਦੇ? ਬਿਲਕੁਲ ਜੀ, ਬਹੁਤ ਸਾਡੇ ਆਰਮੀ 'ਚ ਲੜਕੇ ਹੋਏ ਆ, ਸਾਰਿਆਂ 'ਤੇ ਸਾਨੂੰ ਮਾਣ